Oh
बना के सत्ती और जनाब राजा गुलाम
फरियाद राजा वाजब पंजाब पुलिस जनाब बिलखसूस फरहान सत्ती साहब और मेरे बड़े अच्छे जे अजीज अदनान सत्ती साहब उन्होंने भी पसंद ना ملک سون فرو جناب ہیلی پور فراج ملک شوکت صاحب نے بھی پسند نہ لیا جی قاسم جی
ਦੇ ਲਗੀ ਗਰੁੱਪ ਦੀ ਇਹਨਾਂ ਸਾਰਿਆਂ ਦੋਸਤਾਂ ਦੀ ਪਸੰਦ ਨਾਲ ਮੈਂ ਇਹ ਬੋਲ ਪੇਸ਼ ਕਰਸਾ ਉਹ ਕਸਮ ਅੱਲਾ ਦੀ ਝੂਠ ਮਾਇਆ ਦਾ ਬੁਰੇ ਅਗਾ ਬੁਤਾਇਆ I'm not
ਲੋ ਦੋਸਤੋ ਤੁਹਾਡੇ ਸਾਹਮਣੇ ਕਮਰ ਸਾਹਿਬ ਗੱਲ ਪੇਸ਼ ਕੀਤੀ ਕਿ ਮੈਂ ਸੌਖੀਆਂ ਸੌਖੀਆਂ ਤਰਜ਼ਾਂ ਲਾ ਤਰਜ਼ਾਂ ਲਾਣਾ ਕਿ ਸ਼ਿਰ ਕੋਨੇ ਨਹੀਂ ਆਪਣਾ ਯਾਰ ਇੰਡੀਆ ਨਾ ਗਾਣਾ ਲਾ ਕੇ ਉੱਥੇ ਤੁਸੀਂ ਤਰਜ਼ਾਂ ਨਾ ਕਰੋ ਉਹ ਸ਼ਿਰ ਕੋਨੇ ਨੇ ਜੇ ਕਦੇ ਅੱਜ ਨਹੀਂ ਰਾਤ ਤੁਸਾਂ ਖੈਰ ਕਰੀਅਤ ਨਾਲ ਇੱਥੋਂ ਲੈ ਗਏ ਹੋ ਤਾਂ ਫਿਰ ਤੁਸਾਂ ਕਿਹਾ ਕਿ ਤੂੰ ਅਫਤਾਬ ਸੱਤੀ ਘੋਟੇ ਨਾ ਦੇ ਸੈਂ ਤਾਂ ਨਾ ਵੀ ਕਿ ਦੁਬਾਰਾ ਤੁਸੀਂ ਲੋਕ ਸਟੇਜਾਂ ਪਰ ਤਕਵਾਉਣ ਤਕਸੋ ਬਬਰਾ ਉਪਰ ਹੀ ਤਾਈ ਆ ਅੱਲਾ ਖੈਰ ਕਰਸੀ ਖੈਰ ਹੀ ਨਾਲ ਲੈ ਸਾ ਕੋਈ ਐਸੀ ਗੱਲ ਨਹੀਂ ਹੈ ਮੈਂ ਕੋਸ਼ਿਸ਼ ਕਰ ਰਹਾ ਸਾਂ ਕਿ ਮਹਿਮਾਨ ਹੈ ਇਹਨਾਂ ਨਾਲ ਕੰਮ ਨਾ ਕਰੀਏ ਲੇਗਾ ਜੁਗਨੇ ਨੇ ਦਰਦ ਖਰਾਬੀ ਹੈ ਬਹੁਤ ਬੋਲ ਪੇਸ਼ਕਰ ਸਾਹਿਬ ਉਸ ਤੋਂ ਬਾਅਦ ਸਤਾਰ ਥੋੜੀ ਜਿਹੀ ਹਿਸਾਬ ਕਿਤਾਬ ਵਿਚਕਾਰ ਗੱਲ ਕਰ ਅਗਲੀਆਂ ਗੱਲਾਂ ਇੱਕ
कोई ऐसी गल नहीं लाइया चढ़ाइया में चढ़ना रहना आवाज हुई तो आख्या सदा ना पाके جناب دولا راجہ ظریف اور گوگا جی راجہ محمد صفیر اے اس محفل نے چیف گیسٹ جی صدا بہار گنگلا گروپ انہیں چاہت نال میں ایک دو بول یہ پیش کرتا ہوں آواز ہوئی تا کیا नवे नवे यार की तौबा मेरी तौबा
Yeah.
ਸ਼ੁਕਰੀਆ ਅਦਾ ਕਰਦੇ ਹਾਂ ਔਰ ਮੇਰੇ ਦੋਸਤ ਜਨਾਬ ਜਮੀਲ ਜਮੀਲ ਸੱਤੀ ਸਾਹਿਬ ਬਾਬਾ ਪਿਓ ਸੱਤੀ ਔਰ ਮੇਰੇ ਭਾਈ ਜਨਾਬ ਅਬਦਰ ਸੱਤੀ ਸਾਹਿਬ ਮਾਤਾ ਬਾਲਾ ਸਾਹਿਬ ਔਰ ਫਰਾਂ ਸੱਤੀ ਰਾਸ਼ਦ ਸੱਤੀ ਸਦਾਬਤ ਸੱਤੀ ਔਰ ਦਾਨਾ ਸੱਤੀ ਇਹਨਾਂ ਸਾਥੀਆਂ ਨੇ ਯਾਦ ਨਾਲ ਜੋ ਕਿ ਹਰ ਇਲਾਕੇ ਦੀ ਆਪਣੀ ਆਪਣੀ ਲੈਣ ਦੀ ਤਰ੍ਹਾਂ ਪ੍ਰੋਗਰਾਮ ਨੇ ਅੰਦਰ ਜਨਾਬ ਜਦੋਂ ਅੱਜ ਇਹਨਾਂ ਨੇ ਯਾਦ ਪੂਰੀ ਕਰਨੇ ਆ ਆਮ ਤੌਰ ਉੱਪਰ ਤੁਸੀਂ ਦੋਸਤਾਂ ਸੁਣਿਆ ਕਿ ਆਇਆ ਕਸ਼ਮੀਰ ਦੇ ਆ ਕੋਸ਼ਿਸ਼ ਕਰ ਸਕੇ ਅਫਸਰ ਸੱਤੀ ਸਾਹਿਬ ਨੇ ਚਾਹ ਨਾਲ ਚਾਹ ਦੇ ਕੋਲ ਪੇਸ਼ ਹੋ ਜਾ ਮਾਇਆ ਕਸ਼ਮੀਰ ਤੇਰਾ ਤੂੰ ਹੈ ਮਾਲੇ ਕਾਲੇ ਮਾਇਆ
Thank you.
ਆਖਣਾ ਮੈਂ ਸੱਤੀ ਵਰਗੇ ਕੋਟੇ ਨੇ ਓ ਕੋਈ ਕੋਟੇ ਨਾ ਫੁੱਲ ਮਾਇਆ ਤੇ ਤੇਰੇ ਇੱਕ ਹੱਥੇ ਨਾ ਨਹੀਂ ਚਮਕਣਵਾਲ ਤੈਨੂੰ ਕੀ ਬੜੇ ਭਾਈ ਜਿਹੜਾ ਸੋਹਣੇ ਸੋਹਣੇ ਟੁਰਨੇ ਤਾਂ ਭਾਈ ਬਹੁਤ ਸੋਹਣੇ ਲੱਗਦੇ ਹੋ ਮੈਂ ਪਤਾ ਕਿਆ ਅਕਸਰ ਇਸ ਇਸ਼ਕ ਨੇ ਚੱਕਰ ਚਲਾਏ ਜਾਨੀ ਤੇਰੇ ਸਤੀ